ਮੇਰਾ ਹਲਕਾ ਮੇਰਾ ਪਰਿਵਾਰ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸੂਬਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਅੱਜ ਪਿੰਡ ਉਦੋਵਾਲੀ ਖੁਰਦ ਵਿੱਚ ਸਰਦਾਰ ਪਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਅਤੇ ਉਹਨਾਂ ਸਪੁੱਤਰ ਦੀਪਇੰਦਰ ਸਿੰਘ ਰੰਧਾਵਾ ਨੇ ਵਰਕਰਾਂ ਨੂੰ ਅਕਾਲੀ ਦਲ ਦੀ ਮਜ਼ਬੂਤੀ ਲਈ ਘਰ ਘਰ ਵਿਚਰਨ ਲਈ ਕਿਹਾ ਗਿਆ। ਇਹ ਮੇਰਾ ਸੰਗਤ ਵਾਸ ਹੈ ਜਿਹੜੀਆਂ ਮੀਟਿੰਗਾਂ ਹੁੰਦੀਆਂ ਪਿੰਡ ਦੇ ਵਿੱਚ ਜੋ ਡੇਰਾ ਸਾਹਿਬ ਦੀ ਸਰਕਾਰ ਹਰ ਵਰਕਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੈਨੂੰ ਤਗੜਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਰੱਖੀਆਂ ਮੀਟਿੰਗਾਂ ਵਿੱਚ ਗੱਲ ਠੀਕ ਹੈ ਕਿ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਸਾਡੇ ਸਰਦਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਰਕਾਰ ਲੋਕਾਂ ਦੇ ਵਿੱਚ ਜਿਹੜਾ ਰੋਸ ਜਮ੍ਹਾਂ ਹੋਇਆ ਸੀਗਾ ਮੌਜੂਦਾ ਸਰਕਾਰ ਦੇ ਖਿਲਾਫ ਉਹਦੇ ਤਹਿਤ ਫਿਰਨਾ ਰੋਸ ਲੈਣੀਆਂ ਰੱਖੀਆਂ ਜਾਂਦੀਆਂ ਸੀਗੀਆਂ ਕਿ ਉਹਨਾਂ ਦੀ ਤਿਆਰੀ ਦੇ ਲਈ ਪਰ ਜਿਵੇਂ ਤੁਸੀਂ ਸਾਰੇ ਜਾਣਦੇ ਕਿ ਪਹਿਲਾਂ 5 ਤਰੀਕ ਦਾ ਟਾਈਮ ਲਿਖਿਆ ਗਿਆ ਸੀਗਾ ਗੁਰਦਾਸਪੁਰ ਜ਼ਿਲ੍ਹੇ ਦੀ ਮੀਟਿੰਗ ਰੱਖੀ ਜਾਣੀ ਸੀ, ਸਾਨੂੰ ਯਾਦ ਦੇ ਵਿੱਚ ਆਪਣਾ ਹਿੱਸਾ ਪਾਉਣ ਦਾ ਮੌਕਾ ਮਿਲਣਾ ਸੀ ਪਰ ਸੁਖਬੀਰ ਜੀ ਦੀ ਸੋਚ ਕਰਕੇ ਕਿਉਂਕਿ ਉਹ ਲੋਕਾਂ ਨਾਲ ਜੁੜੇ ਲੀਡਰ ਨੇ ਉਹਨਾਂ ਨੇ ਇਹ ਗੱਲ ਦਾ ਵਿਚਾਰ ਕੀਤਾ ਕਿ ਜਿਹੜੀ ਆ ਕੋਰੋਨਾ ਵਾਇਰਸ ਚੱਲਿਆ ਜਿੱਦਾਂ ਮੁੰਮਾ ਚੱਲਿਆ ਚੀਨ ਤੋਂ ਆਇਆ ਇਹਦੇ ਤਹਿਤ ਬੜਾ ਆਵਾਜ਼ ਹਾਕਾ ਮੱਚੀ ਹੈ। ਅਸੀਂ ਜਿਹੜੇ ਆਪਣੇ ਹਲਕੇ ਦੇ ਵਿੱਚ ਆਪਣੇ ਘਰਾਂ 'ਚ ਕੋਈ ਕਰਦੇ ਹਾਂ ਅਸੀਂ ਦੂਜੇ ਨੂੰ ਜਾਣ ਕੇ ਇਸ ਵਾਇਰਸ ਤੋਂ ਬਚਣ ਦਾ ਸਭ ਤੋਂ ਵੱਡਾ ਤਰੀਕਾ ਇਹ ਹੈ ਕਿ ਜਿਹੜਾ ਕੋਈ ਜਾਣ ਵਿਅਕਤੀ ਮਿਲਦਾ ਉਹਦੇ ਕੋਲ ਅਸੀਂ ਵਿਚਾਰ ਰੱਖਣਾ ਹੁੰਦਾ ਕਿਉਂਕਿ ਸਾਨੂੰ ਨਹੀਂ ਪਤਾ ਅਗਲਾ ਕਿੱਥੋਂ ਆਇਆ ਕਿੱਦਾਂ ਦਾ ਕਿ ਨਹੀਂ। ਇਹ ਸੁਖਬੀਰ ਜੀ ਨੇ ਸੋਚ ਰੱਖੀ ਕਿਉਂਕਿ ਅਸੀਂ ਹਲਕੇ ਦੀਆਂ ਤਰੀਕਾਂ ਦੇ ਵਿੱਚ ਅਸੀਂ ਸਾਰੇ ਜਾ ਕੇ ਮਿਲ ਲੈਂਦੇ ਹਾਂ ਅਸੀਂ ਦੂਜੇ ਨੂੰ ਜਾਣਦੇ ਹਾਂ ਤੁਸੀਂ ਮੈਨੂੰ ਜਾਣਦੇ ਮੈਂ ਤੁਹਾਨੂੰ ਜਾਣਦਾ ਪਰ ਜਿਹੜੀਆਂ ਰਹੀਆਂ ਕੋਲੋਂ ਜਿਹੜਾ ਮੂੰਹ ਆਇਆ ਹੁੰਦਾ ਉਹਦੇ 'ਚ ਇਹ ਵੀ ਪਤਾ ਲੱਗਦਾ ਕਿ ਕਿਹੜੇ ਜ਼ਿਲ੍ਹੇ 'ਚੋਂ ਕਿਹੜੇ ਇਲਾਕੇ 'ਚੋਂ ਕਿਹੜੇ ਪਿੰਡ 'ਚੋਂ ਕਿਹੜੇ ਮੁਹੱਲੇ 'ਚੋਂ ਕਿਹੜਾ ਬੰਦਾ ਅਤੇ ਕੌਣ ਹੈ। ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਮੈਂ ਇਸ ਨੂੰ ਸਲਾਮ ਦਿੰਦਾ ਕਿ ਉਹਨਾਂ ਨੇ ਗੱਲਾਂ ਕੀ ਅਤੇ ਬਾਅਦ ਫਿਰ ਇਹਨਾਂ ਨੇ ਅੰਦਰ ਦੇ ਸਮੇਂ ਤੱਕ ਜਿਹੜੀਆਂ ਇਹ ਰੈਲੀਆਂ ਮੁਲਤਵੀ ਜਿਹੜੀਆਂ ਸਾਡੀਆਂ ਮੀਟਿੰਗਾਂ ਨੇ ਚੱਲਣ ਡੀਆਂ ਪਿਛਲੇ ਕੁਛ ਦਿਨਾਂ ਤੋਂ ਮੇਰਾ ਹਲਕਾ ਮੇਰਾ ਪਰਿਵਾਰ ਉਹਦੇ ਤਹਿਤ ਅਸੀਂ ਜਿਹੜੀ ਇਹਦੀ ਲੜੀ ਸੀਗੀ ਇਹਦੇ ਵਿੱਚ ਅੱਜ ਉਦੋਵਾਲੀ ਦੇ ਵਿੱਚ ਉਦੋਵਾਲੀ ਖੁਰਦ ਦੇ ਵਿੱਚ ਸਾਡੀਆਂ ਮੀਟਿੰਗ ਸਰ ਪਰਮਿੰਦਰ ਸਿੰਘ ਹੋਣਾ ਦੇ ਗ੍ਰਹਿ ਵਿਖੇ ਹੋਈ ਆ। ਉਸ ਪਿੰਡ ਦੇ ਵਿੱਚ ਜਿੰਨੇ ਵੀ ਸਾਡੇ ਇਸ ਹਲਕੇ ਦੇ ਇਸ ਜ਼ੋਨ ਦੇ ਨਾਲ ਲੱਗਦੇ ਹੋਏ ਕੁਛ 7-8 ਪਿੰਡਾਂ ਦੇ ਜਿਹੜੇ ਸਾਥੀ ਸੀਗੇ ਉਹ ਇੱਥੇ ਆਏ ਨੇ। ਉਹਨਾਂ ਨੇ ਆਣ ਕੇ ਬਹੁਤ ਵੱਡਾ ਹਮਲਾ ਮਾਰ ਕੇ ਪਾਰਟੀ ਨੂੰ ਤਗੜੇ ਕਰਨ ਦੇ ਲਈ ਜਿਹੜੇ ਵਿਚਾਰ ਆਪਣੇ ਆਪਣੇ ਰੱਖੇ ਅਤੇ ਬਾਕੀ ਜਿਹੜੇ ਸਾਥੀ ਸਾਡੇ ਸੀਗੇ ਉਹਨਾਂ ਸਾਰਿਆਂ ਦੇ ਵਿਚਾਰ ਵੀ ਸੁਣੇ। ਪਰ ਵਿਚਾਰਾਂ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਹੋਣਾ ਦੀ ਸੋਚ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਦੀ ਉਹਨਾਂ ਦੀਆਂ ਜਿਹੜੀਆਂ ਸੋਚਾਂ ਨੇ ਉਹਦੇ ਮੁਤਾਬਕ ਅਸੀਂ ਸਾਰਿਆਂ ਨੇ ਉਸ ਜੋ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੀ ਆ ਉਹਦੇ ਉੱਤੇ ਅਸੀਂ ਅੱਗੇ ਗਾਂ ਨਿਕਲ ਕੇ ਅਸੀਂ ਉਹਨਾਂ ਦੇ ਜਿਹੜੀ ਹੈਗੀ ਸੀ ਸੰਦੇਸ਼ ਉਹਨਾਂ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣ ਡਏ ਹਾਂ। ਜਿਹੜੀ ਪਾਰਟੀ ਦੇ ਲਈ ਸਾਡੇ ਜਿਹੜਾ ਇੱਕ ਸਾਡਾ ਏਮ ਸੀਗਾ ਜਿਹੜਾ ਅਸੀਂ ਲੋਕਾਂ ਦੇ ਲਈ ਜਿਹੜੀ ਹੁਣ ਇਹਨੇ ਰੱਖੀ ਸੀ ਲੜੀ ਰੱਖੀ ਸੀ ਜਿਹਦੇ ਸਾਡੀਆਂ
ਸਾਰੇ ਜ਼ਿਲ੍ਹਿਆਂ ਦੇ ਵਿੱਚ ਹੈੱਡਕੁਆਰਟਰਾਂ ਦੇ ਉੱਤੇ ਮੀਟਿੰਗਾਂ ਹੋਣੀਆਂ ਸੀਗੀਆਂ। ਕਰੋਨਾ ਵਾਇਰਸ ਕਰਕੇ ਉਹ ਮੀਟਿੰਗਾਂ ਹੁਣ ਅੱਗੇ ਪਾ ਦਿੱਤੀਆਂ ਗਈਆਂ, ਲੇਕਿਨ ਜਿਹੜਾ ਸਾਡਾ ਆਹ ਸੀਗਾ ਮੇਰਾ ਹਲਕਾ ਮੇਰਾ ਪਰਿਵਾਰ ਜਿਹੜਾ ਵਾ ਉਹ ਸਾਰਾ ਜਿਹੜਾ ਸੀ ਉਹ ਸਾਡਾ ਉਸੇ ਤਰ੍ਹਾਂ ਹੀ ਚੱਲਣ ਡਿਆ ਵਾ, ਉਹ ਉਸੇ ਤਰ੍ਹਾਂ ਤੁਰਿਆ ਰਹਿਣਾ ਵਾ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਨਹੀਂ ਅਸੀਂ ਕਿਸੇ ਨੇ ਪਿੱਛੇ ਛੱਡਣਾ ਹੈਗਾ। ਪਾਰਟੀ ਨੂੰ ਮਜ਼ਬੂਤੀ ਦੇ ਲਈ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਮਜ਼ਬੂਤੀ ਆ ਉਹਨਾਂ ਨੂੰ ਅਗਲੇ ਆਉਣ ਵਾਲੇ ਮੁੱਖ ਮੰਤਰੀ ਵੇਖਣ ਦੇ ਲਈ ਅਸੀਂ ਉਸ ਹਿਸਾਬ ਨਾਲ ਅਸੀਂ ਤੁਰੇ ਹਾਂ ਇੱਥੇ ਸਾਰੇ ਜਣੇ ਇਸ ਹਲਕੇ ਦੇ ਵਿੱਚ। ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜੋ ਰੋਸ ਰੈਲੀਆਂ ਦਾ ਸਾਡਾ ਸੀਗਾ ਜਿਹੜਾ ਸਾਡਾ ਚੱਲਣੀ ਸੀ ਲੜੀ ਚੱਲਣੀ ਸੀ, ਹੁਣ ਗਾਂ ਅੱਗੇ ਜਾ ਕੇ 13 ਤੋਂ ਬਾਅਦ ਸ਼ੁਰੂ ਫਿਰ ਹੋ ਜਾਣੀਆਂ ਨੇ 13 ਅਪ੍ਰੈਲ ਤੋਂ ਬਾਅਦ। ਲੇਕਿਨ ਸਾਡੇ ਹਲਕੇ ਦੇ ਵਿੱਚ ਜੋ ਕੁਛ ਜਿੰਨਾ ਧੱਕਾ ਸਾਡੇ ਹਲਕੇ ਦੇ ਵਿੱਚ ਖਾਸ ਤੌਰ ਦੇ ਉੱਤੇ ਇਸ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਇੱਥੋਂ ਦੇ ਮੌਜੂਦਾ MLA ਸੁਖੀ ਰੰਧਾਵੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਲੋਕਾਂ ਦੀਆਂ ਪੈਨਸ਼ਨਾਂ ਬੰਦ, ਗਰੀਬਾਂ ਦੀਆਂ, ਜਿਹੜੇ ਸਾਡੇ ਗਰੀਬ ਆਦਮੀ ਨੇ ਉਹਨਾਂ ਦੀ ਆਟਾ ਦਾਲ ਸਕੀਮ ਦੇ ਕਾਰਡ ਬਣੇ ਉਹਨਾਂ ਨੂੰ ਨਹੀਂ ਦਿੱਤੇ ਜਾਣ ਡੇ ਹੈਗੇ। ਜਿਹੜੇ ਲੋਕ ਗਰੀਬ ਆਦਮੀ ਨੇ ਉਹਨਾਂ ਵਿਚਾਰਿਆਂ ਦੀਆਂ ਕੋਈ ਜਿੰਨੀਆਂ ਵੀ ਲੋੜੀਂਦਾ ਸਹੂਲਤਾਂ ਨੇ ਉਹ ਕੋਈ ਨਹੀਂ ਮਿਲ ਰਹੀਆਂ ਹੈਗੀਆਂ। ਛੱਬੀਆਂ ਬਣਦੀਆਂ ਧੱਕੇ ਨਾਲ, ਗਲਤ ਜਿਹੜੀਆਂ ਛੱਬੀਆਂ ਉਹ ਬਣਦੀਆਂ, 307 ਜਿਹੜੀਆਂ ਉਹ ਬਣਦੀਆਂ ਨੇ। ਜਿਹੜੇ ਡਾਕਟਰ ਲੱਗੇ ਨੇ ਇੱਥੇ ਉਹ ਮਿਲਾਦਾ ਖਰੀ ਸਿਰਫ ਇੱਥੇ ਲਾਏ ਇਸੇ ਕਰਕੇ ਆ 306 ਅਤੇ 307 ਬਣਾਉਣ ਦੇ ਲਈ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਜਿਹੜੀਆਂ ਲੋਕਾਂ ਦੇ ਵਿੱਚ ਉਜਾਗਰ ਕਰਕੇ ਜਿਹੜੇ ਲੋਕ ਆਪਣੀਆਂ ਤਕਲੀਫਾਂ ਦੱਸਦੇ ਨੇ ਉਹਨਾਂ ਤਕਲੀਫ ਦਾ ਲਈ ਅਸੀਂ ਜਿਹੜਾ ਸਾਰਾ ਕੁਛ ਅੱਗੇ ਇੱਥੇ ਲਿਆ ਕੇ ਹਰ ਪਿੰਡ ਦੇ ਵਿੱਚ ਹਰ ਪਾਸੇ ਦੇ ਵਿੱਚ ਅਸੀਂ 2-2, 4-4 ਪਿੰਡਾਂ ਨੂੰ ਇਕੱਠਿਆਂ ਕਰਕੇ ਉਹਦੇ ਲਈ ਉਹਨਾਂ ਦੀ ਦੁੱਖ ਤਕਲੀਫ ਸੁਣਨ ਲਈ ਅੱਗੇ ਗਾਂਹ ਜਾ ਕੇ ਸਰਕਾਰ ਨੂੰ ਅਸੀਂ ਦੱਸਣ ਡਏ ਹਾਂ, ਜਿਹੜੇ ਅਫਸਰ ਆ ਉਹਨਾਂ ਨੂੰ ਅਸੀਂ ਦੱਸਣ ਡਏ ਹਾਂ। ਸੋ ਇਸ ਕਰਕੇ ਇਸ ਲੜੀ ਦੇ ਵਿੱਚ ਸਾਡੀ ਜਿਹੜੀ ਇੱਕ ਪਾਰਟੀ ਦੀ ਮਜ਼ਬੂਤੀ ਦੇ ਲਈ ਤਾਂ ਸੁਖਬੀਰ ਸਿੰਘ ਦੇ ਹੱਥ ਮਜ਼ਬੂਤ ਕਰਨ ਦੇ ਲਈ ਇੱਕ ਸਾਡੀ ਜਿਹੜੀ ਲੜੀ ਸੀ ਉਹਦੇ ਵਿੱਚ ਅਸੀਂ ਉਦੋਂ ਵਾਲੀ ਮੀਟਿੰਗ ਅਤੇ ਉਦੋਂ ਵਾਲੀ ਖੁਰਦ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਆ ਉਹ ਇੱਕ ਬਹੁਤ ਵੱਡੀ ਸਾਡੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਅਸੀਂ ਸਾਰੇ ਜਣੇ ਉਹਦੀ ਸਾਰੇ ਜਿੰਨੇ ਮੇਰੇ ਸਾਥੀ ਨੇ ਇਸ ਹਲਕੇ ਇਸ ਜ਼ੋਨ ਦੇ ਜਿਹੜੇ ਨੇ ਉਹ ਸਾਰੇ ਜਿਹੜੇ ਹੈਗੇ ਇਹਦੇ ਵਧਾਈ ਦੇ ਪਾਤਰ ਨੇ। ਮੈਂ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਵੀ ਕਰਦਾ ਔਰ ਇਸੇ ਤਰ੍ਹਾਂ ਇੰਨਾ ਤਗੜੇ ਹੋ ਕੇ ਅਸੀਂ ਸਾਰੇ ਜਣੇ ਪਾਰਟੀ ਦੀ ਉਮੀਦ ਕਰ ਲਈਏ ਤਾਂ ਸੁਖਬੀਰ ਸਿੰਘ ਬਾਦਲ ਜੀ ਦੇ ਅਸੀਂ ਤਗੜੇ ਹੈਗੇ ਉਹਨਾਂ ਦੀ ਅਗਵਾਈ ਵਿੱਚ ਆਪ ਨੂੰ ਉਮੀਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। ਆਲ ਪੰਜਾਬ ਨਿਊਜ਼ ਤੋਂ ਆਸ਼ਕ ਰਾਜ ਮਾਲਾ ਦੀ ਰਿਪੋਰਟ।